ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਤਰਨ ਤਾਰਨ ਦੇ ਵਿੱਚ ਸਾਲ 2022 ਦੇ ਵਿੱਚ ਹੋਏ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਪੜਤਾਲ ਤੇਜ਼ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਡੀਆਈਜੀ ਇੰਦਰਵੀਰ ਸਿੰਘ ਨੂੰ ਨਾਮਜ਼ਦ ਕੀਤਾ। ਦੋਵਾਂ ਐਫਆਈਆਰਾਂ ਦੇ ਵਿੱਚ ਉਹ ਮੁਅੱਤਲ ਡੀਐਸਪੀ ਲਖਵੀਰ ਸਿੰਘ ਦੇ ਨਾਲ ਸ਼ੈ ਦੂਸੀ ਹੈ। ਖਾਸ ਤੌਰ ਤੇ ਇੱਕ ਵੱਡੀ ਕਾਰਵਾਈ ਪੰਜਾਬ ਵਿਜੀਲੈਂਸ ਬਿਊਰੋ ਦੀ ਤਰਨ ਤਾਰਨ ਦੇ ਵਿੱਚ ਸਾਲ 2022 ਦੇ ਵਿੱਚ ਹੋਏ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜਾਂਚ ਪੜਤਾਲ ਹੁਣ ਕਾਫੀ ਤੇਜ਼ ਕਰ ਦਿੱਤੀ ਹੈ। ਵਿਜੀਲੈਂਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਡੀਆਈਜੀ ਇੰਦਰਵੀਰ ਸਿੰਘ ਨੂੰ ਨਾਮਜ਼ਦ ਕੀਤਾ। ਦੋਵੇਂ ਐਫਆਈਆਰਾਂ ਦੇ ਵਿੱਚੋਂ ਮੁਅੱਤਲ ਡੀਐਸਪੀ ਲਖਵੀਰ ਸਿੰਘ ਦੇ ਨਾਲ ਸ਼ੈ ਦੋਸੀ। ਸੋ ਤਰਨ ਤਾਰਨ ਦੇ ਵਿੱਚ ਸਾਲ 2022 ਦੇ ਵਿੱਚ ਹੋਏ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਪੜਤਾਲ ਹੁਣ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ ਦੇ ਰੂਪ ਦੇ ਵਿੱਚ ਇਸ ਨੂੰ ਦੇਖਿਆ ਜਾ ਰਿਹਾ। ਵਿਜੀਲੈਂਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਡੀਆਈਜੀ ਇੰਦਰਵੀਰ ਸਿੰਘ ਨੂੰ ਨਾਮਜ਼ਦ ਕੀਤਾ। ਸੋ ਦੋਵਾਂ ਐਫਆਈਆਰਾਂ ਦੇ ਵਿੱਚ ਉਹ ਮੁਅੱਤਲ ਡੀਐਸਪੀ ਲਖਵੀਰ ਸਿੰਘ ਦੇ ਨਾਲ ਸ਼ੈ ਦੋਸੀ ਹੈ, ਜਿਸ ਦੇ ਤਹਿਤ ਹੁਣ ਬਹੁਤ ਬਰੀਕੀ ਦੇ ਨਾਲ ਜਿਹੜੇ ਤੱਥ ਖੰਗਾਲੇ ਜਾ ਰਹੇ ਨੇ ਅਤੇ ਉੱਥੇ ਹੀ ਕਾਰਵਾਈ ਕਾਫੀ ਤੇਜ਼ ਕਰ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਦੇ ਵਿੱਚ। ਸੋ ਮਾਮਲਾ ਸਾਲ 2022 ਆ, ਸਾਲ 2022 ਦਾ, ਜਿੱਥੇ ਤਰਨ ਤਾਰਨ ਦੇ ਵਿੱਚ ਹੋਏ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਹੁਣ ਜਾਂਚ ਪੜਤਾਲ ਤੇਜ਼ ਕਰ ਦਿੱਤੀ ਗਈ ਹੈ। ਵਿਜੀਲੈਂਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਡੀਆਈਜੀ ਇੰਦਰਵੀਰ ਸਿੰਘ ਨੂੰ ਨਾਮਜ਼ਦ ਕੀਤਾ। ਦੋਵੇਂ ਐਫਆਈਆਰਾਂ ਦੇ ਵਿੱਚ ਉਹ ਮੁਅੱਤਲ ਡੀਐਸਪੀ ਲਖਵੀਰ ਸਿੰਘ ਦੇ ਨਾਲ ਸ਼ੈ ਦੋਸੀ। ਸੋ ਪੰਜਾਬ ਵਿਜੀਲੈਂਸ ਬਿਊਰੋ ਕਾਫੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ, ਇਸੇ ਤਹਿਤ ਵੱਡੀ ਕਾਰਵਾਈ ਅਤੇ ਉੱਥੇ ਹੀ ਜਾਂਚ ਪੜਤਾਲ ਵੀ ਹੁਣ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ। ਮਾਮਲੇ ਦੀ ਜੇਕਰ ਗੱਲ ਕੀਤੀ ਜਾਏ ਤਾਂ ਤਰਨ ਤਾਰਨ ਦੇ ਵਿੱਚ ਸਾਲ 2022 ਦੇ ਵਿੱਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ, ਜਿਸ ਦੇ ਵਿੱਚ ਇਹ ਜਾਂਚ ਪੜਤਾਲ ਤੇਜ਼ ਹੈ, ਅਤੇ ਵਿਜੀਲੈਂਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਡੀਆਈਜੀ ਇੰਦਰਵੀਰ ਸਿੰਘ ਨੂੰ ਨਾਮਜ਼ਦ ਕੀਤਾ। ਨਾਮਜ਼ਦ ਕਰਨ ਤੋਂ ਬਾਅਦ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਅਹਿਮ ਰਹਿੰਦਾ ਇਸ ਪੂਰੇ ਮਾਮਲੇ ਦੇ ਵਿੱਚ, ਕਿਉਂਕਿ ਕਾਰਵਾਈ ਕਾਫੀ ਤੇਜ਼ੀ ਨਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਵਿਜੀਲੈਂਸ ਬਿਊਰੋ ਦੁਆਰਾ। ਸੋ ਦੋਵਾਂ ਐਫਆਈਆਰਾਂ ਦੇ ਵਿੱਚ ਉਹ ਮੁਅੱਤਲ ਡੀਐਸਪੀ ਲਖਵੀਰ ਸਿੰਘ ਦੇ ਨਾਲ ਸ਼ੈ ਦੋਸ਼ੀ ਹੈ, ਜਿਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਫੋਨ ਲਾਈਨ 'ਤੇ ਮੇਰੇ ਸੁਹੱਗੀ ਅਨਮੋਲ ਸਿੰਘ ਗਲਾਟੀ ਜੁੜੇ ਨੇ। ਅਨਮੋਲ, ਜਿਹੜੀ ਪੰਜਾਬ ਵਿਜੀਲੈਂਸ ਬਿਊਰੋ ਨੇ ਵੱਡੀ ਕਾਰਵਾਈ ਕੀਤੀ ਹੈ, ਸਾਲ ਜਿਹੜਾ 2022 ਦਾ ਮਾਮਲਾ ਭ੍ਰਿਸ਼ਟਾਚਾਰ ਦਾ, ਉਸ ਵਿੱਚ ਕੀ ਕੁਝ ਅਹਿਮ ਅਪਡੇਟ ਹੈ? ਜੀ ਬਿਲਕੁਲ, ਦੇਖੋ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੰਜਾਬ ਵਿਜੀਲੈਂਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ, ਤਰਨ ਤਾਰਨ ਜ਼ਿਲ੍ਹੇ ਦਾ ਇਹ ਮਾਮਲਾ 2022 ਦਾ ਇਹ ਮਾਮਲਾ ਸੀਗਾ, ਜਿਸਦੇ ਵਿੱਚ ਭ੍ਰਿਸ਼ਟਾਚਾਰ ਦੇ ਦੋ ਵੱਖ ਵੱਖ ਮਾਮਲੇ ਸਾਹਮਣੇ ਆਏ ਸੀਗੇ। ਤਰਨ ਤਾਰਨ ਜ਼ਿਲ੍ਹੇ ਦੇ ਦੋਵੇਂ ਮਾਮਲੇ ਸੀਗੇ, ਤੇ ਦੋਵਾਂ ਦੇ ਵਿੱਚੋਂ ਨਾਮਜ਼ਦ ਜੋ ਕੀ ਹੈ ਉਹ ਕੀਤਾ ਗਿਆ ਹੁਣ ਡੀਆਈਜੀ ਨਿੰਦਰਬੀਰ ਸਿੰਘ ਨੂੰ, ਜੋ ਕਿ ਦੋਵੇਂ ਮਾਮਲਿਆਂ ਦੇ ਵਿੱਚ ਜਿਹੜੇ ਕੀ ਹੈ ਉਹਨਾਂ ਦੀ ਸ਼ਮੂਲੀਅਤ ਪਾਈ ਗਈ ਹੈ, ਤੇ ਦੋਵੇਂ ਮਾਮਲਿਆਂ ਦੇ ਵਿੱਚ ਹੁਣ ਐਫਆਈਆਰ ਜਿਹੜੀ ਕੀ ਹੈ ਉਹ ਜਿਹੜੀ ਦਰਜ ਹੋਈ ਹੈ ਉਸਦੇ ਵਿੱਚ ਵੀ ਨਾਮ ਜਿਹੜਾ ਕੀ ਹੈ ਲਖਵੀਰ ਸਿੰਘ ਦੇ ਨਾਲ ਸਹਿ ਦੋਸ਼ੀ ਦਾ ਜਿਹੜਾ ਕੀ ਹੈ ਉਹ ਨਾਮ ਆਇਆ। ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਵਿਜੀਲੈਂਸ ਵੱਲੋਂ ਆਪਣੀ ਕਾਰਵਾਈ ਜਿਹੜੀ ਕੀ ਹੈ ਹੋਰ ਜ਼ਿਆਦਾ ਹੁਣ ਤੇਜ਼ੀ ਦੇ ਨਾਲ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ। ਠੀਕ ਹੈ, ਠੀਕ ਹੈ ਅਨਮੋਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਦੇਣ ਦੇ ਲਈ।